ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਹੈਲਦੀ ਤੇ ਟੇਸਟੀ ਬਰਫੀ ਦੀ ਰੈਸਪੀ ਲੈ ਕੇ ਆਈਆਂ ਅੱਜ ਆਪਾਂ ਬਣਾਵਾਂਗੇ ਆਟੇ ਤੇ ਗੁੜ ਦੀ ਬਰਫੀ ਆਟੇ ਤੇ ਜਿਹੜੀ ਇਹ ਵਾਲੀ ਗੁੜ ਦੀ ਬਰਫੀ ਹੈ ਇਹਨਾਂ ਨੂੰ ਬਣਾਉਣਾ ਬਹੁਤ ਸੌਖਾ ਹੈ ਬਣਾਉਣ ਵਿੱਚ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਖਾਣ ਵਿੱਚ ਬਹੁਤ ਟੇਸਟੀ ਬਣਦੀ ਹੈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤਾਂ ਚਲੋ ਫਿਰ ਇਹ ਵਾਲੀ ਬਰਫੀ ਨੂੰ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਆਟੇ ਤੇ ਗੁੜ ਦੀ ਬਰਫੀ ਬਣਾਉਣ ਵਾਸਤੇ ਆਪਾਂ ਨੇ ਸਭ ਤੋਂ ਪਹਿਲਾਂ ਜਿਹੜਾ ਅੱਧੀ ਕੌਲੀ ਲਿਆ ਦੇਸੀ ਘਿਓ ਘਿਓ ਨੂੰ ਨਾ ਤੁਸੀਂ ਪਹਿਲਾਂ ਗਰਮ ਕਰ ਲੈਣਾ ਗਰਮ ਕਰਕੇ ਦਾ ਨਾਪ ਲੈਣਾ ਤੇ ਅੱਧੀ ਕੌਲੀ ਆਪਾਂ ਨੂੰ ਇਹਦੇ ਵਾਸਤੇ ਦੇਸੀ ਘਿਓ ਚਾਹੀਦਾ ਗੈਸ ਦਾ ਫਲੇਮ ਆਪਾਂ ਔਨ ਕਰਤਾ ਤੇ ਘਿਓ ਨੂੰ ਗਰਮ ਹੋਣ ਦਵਾਂਗੇ ਆ ਦੋ ਤੋਂ ਤਿੰਨ ਚਮਚ ਨਾ ਘਿਓ ਜੀ ਮੈਂ ਬਚਾ ਲਿਆ ਬਾਅਦ ਵਿੱਚ ਆਪਾਂ ਨੂੰ ਲੱਗੇਗਾ ਤਾਂ ਆਪਾਂ ਫੇਰ ਇਹਦੇ ਵਿੱਚ ਉਹ ਵਾਲਾ ਬਚਿਆ ਹੋਇਆ ਘਿਓ ਵੀ ਪਾ ਦਾਂਗੇ ਜਿਵੇਂ ਕਿ ਉਹ ਗਰਮ ਹੋ ਜਾਂਦਾ ਇੱਕ ਕੌਲੀ ਆਪਾਂ ਲਿਆ ਇਹਦੇ ਵਾਸਤੇ ਆਟਾ ਆ ਜਿਹੜਾ ਆਟਾ ਆਪਾਂ ਘਰ ਵਿੱਚ ਰੋਟੀਆਂ ਬਣਾਉਣ ਵਾਸਤੇ ਯੂਜ਼ ਕਰਦੇ ਆ ਨਾ ਬਸ ਉਹ ਹੀ ਵਾਲਾ ਆਟਾ ਇੱਕ ਵਾਰੀ ਚੰਗੀ ਤਰ੍ਹਾਂ ਤੁਸੀਂ ਇਹਨੂੰ ਛਾਣ ਲੈਣਾ ਤਾਂ ਅੱਧੀ ਕੌਲੀ ਘਿਓ ਵਾਸਤੇ ਆਪਾਂ ਇੱਕ ਕੌਲੀ ਹੈ ਜਿਹੜਾ ਆਟਾ ਲੈਣਾ ਹੁਣ ਜੇ ਤੁਸੀਂ ਇਹਨੂੰ ਜ਼ਿਆਦਾ ਕੁਆਂਟੀਟੀ ਚ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਇਹਦਾ ਨਾਪ ਡਬਲ ਕਰ ਦਿਓ ਜਿਵੇਂ ਜੇ ਤੁਸੀਂ ਇਹਨੂੰ ਦੋ ਕੌਲੀ ਆਟੇ ਤੋਂ ਬਣਾਉਣਾ ਨਾ ਫਿਰ ਤੁਸੀਂ ਇੱਕ ਕੌਲੀ ਇਹ ਤਾਂ ਇਹ ਦੇਖੋ ਅਹ ਜੇ ਆਪਾਂ ਨੂੰ ਜਿਹੜਾ ਆٹے ਦਾ ਮਿਕਸਚਰ ਸੁੱਕਾ ਜਿਹਾ ਲੱਗ ਰਿਹਾ ਤਾਂ ਆਪਾਂ ਬਾਕੀ ਬਚਿਆ ਹੋਇਆ ਜਿਹੜਾ ਘਿਓ ਹੈ ਵੀ ਬਾਅਦ ਵਿੱਚ ਇਹਦੇ ਵਿੱਚ ਹੀ ਪਾ ਦਾਂਗੇ ਤੇ ਆਟੇ ਨੂੰ ਨਾ ਆਪਾਂ ਗੈਸ ਦੇ ਲੋ ਫਲੇਮ ਤੇ ਭੁੰਨਣਾ ਹੈ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਫਲੇਮ ਹੈ ਜਿਹੜਾ ਘੱਟ ਹੀ ਰੱਖਿਓ ਫਲੇਮ ਤੇਜ ਨਹੀਂ ਕਰਨਾ ਜਦੋਂ ਆਪਾਂ ਇਹਨੂੰ ਲੋ ਫਲੇਮ ਤੇ ਭੁੰਨਾਂਗੇ ਨਾ ਆਟਾ ਬਹੁਤ ਹੀ ਚੰਗੀ ਤਰ੍ਹਾਂ ਜਿਹੜਾ ਰੋਸਟ ਹੋ ਜਾਏਗਾ ਬਰਫੀ ਬਹੁਤ ਵਧੀਆ ਆਪਣੀ ਬਣੇਗੀ ਤੇ ਜੇ ਆਪਾਂ ਫਲੇਮ ਤੇਜ ਕਰ ਦਿੰਨੇ ਆ ਨਾ ਫਿਰ ਇੱਕਦਮ ਆਟਾ ਜਿਹੜਾ ਸੜਨਾ ਸ਼ੁਰੂ ਹੋ ਜਾਂਦਾ ਜਲ ਜਾਂਦਾ ਚੰਗੀ ਤਰ੍ਹਾਂ ਇਹ ਰੋਸਟ ਨਹੀਂ ਹੁੰਦਾ ਆ ਤੇ ਆਟੇ ਨੂੰ ਭੁੰਨਣ ਵਿੱਚ ਆਪਾਂ ਨੂੰ ਇਹ ਜਿਹੜਾ ਆਰਾਮ ਨਾਲ 15 ਤੋਂ 20 ਮਿੰਟ ਦੇ ਕਰੀਬ ਲੱਗ ਜਾਣਗੇ ਜਦੋਂ ਆਪਾਂ ਨੂੰ ਗੈਸ ਦੇ ਲੋ ਫਲੇਮ ਤੇ ਭੁੰਨਾਂਗੇ ਜਿਵੇਂ ਜਿਵੇਂ ਆਪਾਂ ਨੂੰ ਭੁੰਨਦੇ ਜਾਵਾਂਗੇ ਦਾ ਕਲਰ ਵੀ ਥੋੜਾ ਚੇਂਜ ਹੁੰਦਾ ਜਾਏਗਾ ਤੇ ਹੁਣ ਆਪਾਂ ਜਿਹੜਾ ਬਚਿਆ ਹੋਇਆ ਦੋ ਤਿੰਨ ਚਮਚਕ ਘਿਓ ਸੀ ਨਾ ਉਹ ਵੀ ਇਹਦੇ ਵਿੱਚ ਹੀ ਪਾ ਦਾਂ। ਤੇ ਇਹ ਦੇਖੋ ਜਿਵੇਂ ਜਿਵੇਂ ਆਪਾਂ ਇਹਨੂੰ ਭੁੰਨੇ ਜਾ ਰਹੇ ਆ ਆਟੇ ਦਾ ਕਲਰ ਵੀ ਪਹਿਲਾਂ ਤੋਂ ਚੇਂਜ ਹੋਣਾ ਸ਼ੁਰੂ ਹੋ ਗਿਆ ਆਟਾ ਨਾ ਪਉ ਵੀ ਭੁੰਨਾ ਜਿਵੇਂ ਆਪਾਂ ਆਟੇ ਦਾ ਕੜਾਹ ਬਣਾਉਂਦੇ ਆ ਤੇ ਆਟੇ ਨੂੰ ਜਿੰਨਾ ਭੁੰਨਦੇ ਆ ਨਾ ਬਸ ਓਵੇਂ ਹੀ ਤੁਸੀਂ ਆਟੇ ਨੂੰ ਇਹਦੇ ਵਾਸਤੇ ਭੁੰਨਣਾ ਬਹੁਤ ਹੀ ਪਿਆਰੀ ਇਹਦੇ ਵਿੱਚੋਂ ਜਿਵੇਂ ਜਿਵੇਂ ਭੁੰਨੇ ਜਾਵਾਂਗੇ ਖੁਸ਼ਬੂ ਆਉਣੀ ਸ਼ੁਰੂ ਹੋ ਜਾਏਗੀ ਆਟੇ ਦਾ ਜਿਹੜਾ ਕਲਰ ਹੈ ਉਹ ਵੀ ਪਹਿਲਾਂ ਤੋਂ ਚੇਂਜ ਹੋ ਜਾਏਗਾ ਤੇ ਇਹ ਦੇਖੋ ਜਿਵੇਂ ਜਿਵੇਂ ਆਪਾਂ ਇਹਨੂੰ ਭੁੰਨੇ ਜਾਵਾਂਗੇ ਇਹਦਾ ਟੈਕਸਚਰ ਵੀ ਚੇਂਜ ਹੋ ਜਾਏਗਾ ਹੌਲੀ ਹੌਲੀ ਨਾ ਕਿਉਂ ਨੂੰ ਛੱਡਣਾ ਸ਼ੁਰੂ ਕਰ ਦੇਗਾ ਨੇ ਦੇਖੋ ਪਹਿਲਾਂ ਤਾਂ ਆਪਾਂ ਨੂੰ ਮਿਕਸਚਰ ਕਾਫੀ ਸੁੱਕਾ ਸੁੱਕਾ ਜਿਹਾ ਲੱਗ ਰਿਹਾ ਸੀ ਨਾ ਤੇ ਹੁਣ ਦੇਖੋ ਇਹਨੇ ਜਿਹੜਾ ਘਿਓ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਆਟੇ ਨੂੰ ਭੁੰਨਦੇ ਹੋਏ ਆਪਾਂ ਨੂੰ ਇਹ ਜਿਹੜਾ 15 ਤੋਂ 20 ਮਿੰਟ ਦੇ ਕਰੀਬ ਹੋਣ ਵਾਲੇ ਆ ਗੈਸ ਦਾ ਫਲੇਮ ਆਪਾਂ ਬੰਦ ਕਰ ਦਤਾਂ ਤੇ ਹੁਣ ਇਹ ਦੇਖੋ ਗੈਸ ਦਾ ਫਲੇਮ ਬੰਦ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਗੁੜ ਜਦੋਂ ਆਪਾਂ ਪਾਣਾ ਨਾ ਗੈਸ ਦਾ ਫਲੇਮ ਆਪਾਂ ਉਸ ਤੋਂ ਪਹਿਲਾਂ ਬੰਦ ਕਰ ਦੇਣਾ ਕਿਉਂਕਿ ਆਟਾ ਕਾਫੀ ਗਰਮ ਹੈ ਗੁੜ ਆਪਣੇ ਆਪ ਹੀ ਇਹਦੇ ਵਿੱਚ ਮੈਲਟ ਹੋ ਜਾਏਗਾ ਤਾਂ ਇਹ ਆਪਾਂ ਅੱਧੀ ਕੋਲੀ ਤੋਂ ਥੋੜਾ ਜਿਹਾ ਜ਼ਿਆਦਾ ਲਿਆ ਇਹਦੇ ਵਾਸਤੇ ਗੁੜ ਗੁੜ ਨੂੰ ਜਾਂ ਤਾਂ ਤੁਸੀਂ ਬਿਲਨੇ ਨਾਲ ਚੰਗੀ ਤਰ੍ਹਾਂ ਕੁੱਟ ਲਿਓ ਜਾਂ ਫਿਰ ਉਹਨੂੰ ਕੱਦੂਕਸ ਕਰ ਲਿਓ ਆ ਗੁੜੇ ਜਿਹੜਾ ਬਿਲਕੁਲ ਐਵੇਂ ਦਾ ਬਰੀਕ-ਬਰੀਕ ਆਪਾਂ ਤੋੜ ਲੈਣਾ ਤੇ ਇਸ ਤੋਂ ਬਾਅਦ ਇਹਨੂੰ ਆਟੇ 'ਚ ਮਿਲਾ ਦਾਂਗੇ ਆਟਾ ਗਰਮ ਹੋਣ ਦੀ ਵਜ੍ਹਾ ਨਾਲ ਨਾ ਗੁੜ ਆਪਣੇ ਆਪ ਹੀ ਇਹਦੇ 'ਚ ਮੈਲਟ ਹੋ ਜਾਏਗਾ ਤੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਗੈਸ ਦਾ ਫਲੇਮ ਆਨ ਬਿਲਕੁਲ ਨਹੀਂ ਕਰਨਾ ਹੁਣ ਆਪਾਂ ਗੈਸ ਨਹੀਂ ਚਲਾਣੀ ਜੇ ਆਪਾਂ ਗੈਸ ਦਾ ਫਲੇਮ ਹੈ ਆਨ ਕਰਕੇ ਇਹਨੂੰ ਪਕਾਉਣਾ ਸ਼ੁਰੂ ਕਰਤਾ ਨਾ ਤਾਂ ਗੁੜ ਦੀ ਵਜ੍ਹਾ ਨਾਲ ਬਰਫੀ ਬਹੁਤ ਹਾਰਡ ਹੋ ਅਹ ਇਸੇ ਵਾਸਤੇ ਆਪਾਂ ਗੁੜ ਨੂੰ ਹੈ ਬਿਲਕੁਲ ਬਰੀਕ ਬਰੀਕ ਟੁਕੜਿਆਂ 'ਚ ਤੋੜਨਾ ਹੈ ਤੇ ਇਹ ਦੇਖੋ ਗੁੜਾ ਜਿਹੜਾ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਕੁਲ ਚੁੱਕਿਆ ਤੇ ਜੇ ਤੁਹਾਨੂੰ ਮਿੱਠਾ ਖਾਣਾ ਜ਼ਿਆਦਾ ਪਸੰਦ ਹੈ ਨਾ ਫਿਰ ਤੁਸੀਂ ਚਾਹੋ ਤੇ ਇਹਦੇ ਵਿੱਚ ਇੱਕ ਕੌਲੀ ਗੁੜ ਦੀ ਪਾ ਸਕਦੇ ਹੋ ਜਿਵੇਂ ਆਪਾਂ ਥੋੜਾ ਜਿਹਾ ਘੱਟ ਪਾਇਆ ਤੁਸੀਂ ਚਾਹੋ ਤੇ ਇੱਕ ਕੌਲੀ ਤੱਕ ਗੁੜੇ ਦੇ ਵਿੱਚ ਪਾ ਸਕਦੇ ਹੋ ਤਾਂ ਇਹ ਲੋ ਆਪਣਾ ਜਿਹੜਾ ਬਰਫੀ ਵਾਲਾ ਮਿਕਸਚਰ ਹੈ ਬਿਲਕੁਲ ਤਿਆਰ ਹੈ ਹੁਣ ਨਾ ਆਪਾਂ ਜਿਹਦੇ ਵਿੱਚ ਬਰਫੀ ਜਮਾਣੀ ਹੈ ਚਾਹੇ ਕਿ ਸਥਾਲੀ 'ਚ ਜਮਾ ਲਿਓ ਜੇ ਬਰਫੀ ਵਾਲੀ ਟ੍ਰੇ ਹੈ ਚਾਹੇ ਉਹਦੇ 'ਚ ਜਮਾ ਲਿਓ ਤਾਂ ਆਪਾਂ ਇਹਨੂੰ ਪਹਿਲਾਂ ਥੋੜਾ ਜਿਹਾ ਨਾ ਇਹਦੇ ਨਾਲ ਆਇਲ ਨਾਲ ਹੈ ਜਿਹੜਾ ਰਿਫਾਈਨਡ ਆਇਲ ਜਾਂ ਫਿਰ ਘਿਓ ਨਾਲ ਇਹਨੂੰ ਐਵੇਂ ਗ੍ਰੀਜ਼ ਕਰ ਦਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਘਿ ਆ ਤੇ ਇਹਦੇ ਨਾਲ ਜਿਹੜੀ ਬਰਫੀ ਬਾਦ ਵਿੱਚ ਬਹੁਤ ਹੀ ਈਜ਼ੀਲੀ ਨਿਕਲ ਆਏਗੀ ਹੁਣ ਆਪਾਂ ਜਿਹੜਾ ਬਰਫੀ ਵਾਲਾ ਮਿਕਸਚਰ ਹੈ फटाफट ਇਹਦੇ ਵਿੱਚ ਟਰਾਂਸਫਰ ਕਰ ਦੇਣਾ ਤੁਸੀਂ ਨੇ ਇਸ ਚੀਜ਼ ਦਾ ਧਿਆਨ ਰੱਖਣਾ ਜਿਹੜੀ ਗੁੜ ਵਾਲੀ ਬਰਫੀ ਹੁੰਦੀ ਹੈ ਬਹੁਤ ਹੀ ਜਲਦੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਤੇ ਬਸ ਇਹਨੂੰ फटाफट ਥਾਲੀ ਚ ਐਵੇਂ ਚੰਗੀ ਤਰ੍ਹਾਂ ਸੈੱਟ ਕਰ ਦਿਓ ਬਰਫੀ ਜਿਹਦੇ ਵਿੱਚ ਵੀ ਜਮਾਣੀ ਹੈ ਤੇ ਉੱਪਰੋਂ ਆਪਾਂ ਐਵੇਂ ਥੋੜਾ ਜਿਹਾ ਇਹਨੂੰ ਕੌਲੀ ਨਾਲ ਪ੍ਰੈਸ ਕਰ ਦਾਂਗੇ ਐਵੇਂ ਦਬਾ ਦਾਂਗੇ ਥੋੜਾ ਜਿਹਾ ਅ ਇਸ ਤੋਂ ਬਾਅਦ ਤੁਸੀਂ ਜਿਵੇਂ ਵੀ ਚਾਹੋ ਨਾ ਇਹਦੀ ਗਾਰਨਿਸ਼ਿੰਗ ਕਰ ਸਕਦੇ ਹੋ ਉਪਰੋਂ ਚਾਹੋ ਤੇ ਇਹਦੇ ਵਿੱਚ ਬਰੀਕ ਕੱਟ ਕੇ ਬਦਾਮ ਲਗਾ ਦਿਓ ਕਾਜੂ ਲਗਾ ਦਿਓ ਪਿਸਤਾ ਲਗਾ ਦਿਓ ਜਿਵੇਂ ਵੀ ਤੁਹਾਨੂੰ ਪਸੰਦ ਹੈ ਚਾਹੇ ਤੇ ਫਿਰ ਇਹਨੂੰ ਐਵੇਂ ਹੀ ਰੱਖ ਲਓ ਜਾਂ ਫਿਰ ਜਿਵੇਂ ਭੁੰਨੇ ਹੋਏ ਤਿਲ ਹੁੰਦੇ ਆ ਨਾ ਉਹ ਇਹਦੇ ਵਿੱਚ ਪਾ ਸਕਦੇ ਹੋ ਤਾਂ ਇਹ ਮੈਂ ਇਹਦੇ ਉੱਪਰ ਥੋੜੀ ਜੀ ਖਸਖਸ ਪਾ ਰਹੀ ਆ ਇਸ ਤਰ੍ਹਾਂ ਤੇ ਨਾਲ ਹੀ ਥੋੜੇ ਜਿ ਮੈਂ ਇਹਦੇ ਉੱਪਰ ਪਾਵਾਂਗੀ ਬਦਾਮ ਬਦਾਮ ਜਿਹੜੇ ਉਹਨਾਂ ਨੂੰ ਬਰੀਕ ਕੱਟ ਕਰ ਲਿਆ ਆਪਾਂ ਉਹ ਇਹਦੇ ਵਿੱਚ ਇਸ ਤਰ੍ਹਾਂ ਸਾਰੇ ਤੇ ਪਾ ਦਾਂਗੇ ਤੇ ਇਸ ਤੋਂ ਬਾਅਦ ਕੋਲੀ ਨਾਲ ਜਾਂ ਫਿਰ ਚਮਚ ਨਾਲ ਥੋੜਾ ਜਿਹਾ ਇਹਨੂੰ ਦਬਾ ਦਾਂਗੇ ਜਿਸ ਦੇ ਨਾਲ ਇਹ ਜਿਹੜੇ ਡਰਾਈ ਫਰੂਟਸ ਨੇ ਨਾ ਇਹ ਵੀ ਚੰਗੀ ਤਰ੍ਹਾਂ ਬਰਫੀ 'ਚ ਸੈੱਟ ਹੋ ਜਾਣਗੇ। ਬਸ ਤਿੰਨੀ ਚੀਜ਼ਾਂ ਵਿੱਚ ਆਪਣੀ ਬਹੁਤ ਹੀ ਵਧੀਆ ਜਿਹੜੀ ਇਹ ਹੈਲਦੀ ਬਰਫੀਏ ਬਣ ਕੇ ਤਿਆਰ ਹੋ ਜਾਂਦੀ ਹੈ। ਘਿਓ ਚਾਹੀਦਾ, ਆਟਾ ਚਾਹੀਦਾ ਤੇ ਗੁੜ ਚਾਹੀਦਾ। ਬਸ ਇਸ ਤੋਂ ਬਾਅਦ ਆ ਨਾ ਇਹ ਵਾਲਾ ਜਿਹੜੇ ਦੇਖੋ ਬਰਫੀਆਂ ਨੂੰ ਆਪਾਂ 10 ਮਿੰਟ ਬਾਅਦ ਇਹਦੇ ਵਿੱਚ ਕੱਟਦੇ ਨਿਸ਼ਾਨ ਲਗਾ ਦੇਣੇ ਆ। ਰਾਜੀਵੇ ਮੈਂ ਤੁਹਾਨੂੰ ਦੱਸਿਆ ਸੀ ਗੁੜ ਵਾਲੀ ਬਰਫੀ ਜਲਦੀ ਜੰਮਣ ਲੱਗ ਜਾਂਦੀ ਹੈ ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ 10 ਮਿੰਟ ਬਾਅਦ ਹੀ ਇਹਦੇ ਵਿੱਚ ਨਿਸ਼ਾਨ ਲਗਾ ਦਿਓ ਜੇ ਤੁਸੀਂ ਜ਼ਿਆਦਾ ਟਾਈਮ ਲਈ ਰੱਖਤਾ ਫਿਰ ਬਰਫੀ ਇਹ ਜਿਹੜੀ ਜੰਮ ਜਾਏਗੀ ਤਾਂ 10 ਮਿੰਟ ਬਾਅਦ ਇਹ ਦੇਖੋ ਆਪਾਂ ਇਹਦੇ ਵਿੱਚ ਐਵੇਂ ਨਿਸ਼ਾਨ ਲਗਾ ਰਹੇ ਹਾਂ ਜਿਵੇਂ ਦੇ ਵੀ ਪੀਸ ਤੁਸੀਂ ਕੱਟਨੇ ਆ ਛੋਟੇ ਆ ਵੱਡੇ ਉਵੇਂ ਹੀ ਕੱਟ ਸਕਦੇ ਹੋ ਤੇ ਇੱਕ ਵਾਰੀ ਨਿਸ਼ਾਨ ਲਗਾਉਣ ਤੋਂ ਬਾਅਦ ਨਾ ਫਿਰ ਆਪਾਂ ਇਹਨੂੰ ਅੱਧੇ ਘੰਟੇ ਵਾਸਤੇ ਐਵੇਂ ਛੱਡ ਦਾਂਗੇ ਅੱਧੇ ਘੰਟੇ ਬਾਅਦ ਫਿਰ ਆਪਾਂ ਇਹ ਜਿਹੜੇ ਦੇ ਪੀਸ ਕੱਟ ਕੇ ਬਾਹਰ ਕੱਢਾਂਗੇ ਅੱਧੇ ਘੰਟੇ ਵਿੱਚ ਹੀ ਜ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਅੱਧੇ ਘੰਟੇ ਤੋਂ ਬਾਅਦ ਇਹ ਦੇਖੋ ਸਾਰੀ ਆਪਣੀ ਬਰਫੀ ਹੈ ਜਿਹੜੀ ਬਹੁਤ ਹੀ ਵਧੀਆ ਜੰਮ ਕੇ ਹੈ ਜਿਹੜੀ ਤਿਆਰ ਹੋ ਗਈ ਹੈ ਤੇ ਇਹ ਵਾਲੀ ਜਿਹੜੀ ਆਪਾਂ ਬਰਫੀ ਬਣਾਉਨੇ ਆ ਨਾ ਇਹਨੂੰ ਤੁਸੀਂ ਆਰਾਮ ਨਾਲ 1.5 ਤੋਂ 2 ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਜਲਦੀ ਇਹ ਖਰਾਬ ਵੀ ਨਹੀਂ ਹੁੰਦੀ ਤੇ ਮੈਂ ਤੁਹਾਨੂੰ ਇੱਕ ਪੀਸ ਇਹਦਾ ਤੋੜ ਕੇ ਵੀ ਦਿਖਾ ਦੇਣੀ ਆ ਤੁਹਾਨੂੰ ਪਤਾ ਚੱਲ ਜਾਏਗਾ ਕਿੰਨੀ ਸੌਫਟ ਇਹ ਵਾਲੀ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋਈ ਹੈ ਬੱਸ ਤੁਸੀਂ ਧਿਆਨ ਉਸੇ ਚੀਜ਼ ਦੇ ਹੀ ਰੱਖਿਓ ਕਿ ਜਦੋਂ ਆਪਾਂ ਗੂੜੇ ਦੇ ਵਿੱਚ ਮਿਲਾਣਾ ਹੈ ਉਸ ਤੋਂ ਪਹਿਲਾਂ ਗੈਸ ਦਾ ਫਲੇਮ ਬੰਦ ਜ਼ਰੂਰ ਕਰ ਦਿਓ ਤਾਂ ਉਮੀਦ ਕਰਦੀਆਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੈਨਲ ਤੇ ਨਵੇਂ ਹੋ ਜੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ